ਸਤਿ ਸ਼੍ਰੀ ਅਕਾਲ ਵੀਰੋ, ਕੀ ਹਾਲ ਚਾਲ ਹੈ? ਉਮੀਦ ਕਰਦਾ ਸਾਰੇ ਵਧੀਆ ਹੋਵੋਗੇ। ਅੱਜ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਇਆ, ਬਹੁਤ ਕੰਮ ਦੀ ਵੀਡੀਓ ਆ, ਤੁਹਾਡੇ ਸਾਰਿਆਂ ਦੇ ਕੰਮਾਂ ਵਾਲੀ ਆ। ਜਿੰਨੇ ਮੇਰੇ ਵੀਰ ਭਰਾ ਬਜ਼ੁਰਗ ਟੂ ਵੀਲਰ ਚਲਾਉਂਦੇ ਆ, ਮੋਟਰਸਾਈਕਲ, ਕਿਸੇ ਵੀ ਕੰਪਨੀ ਦਾ ਮੋਟਰਸਾਈਕਲ ਚਲਾਉਂਦੇ ਆ, ਮੰਨ ਲਓ ਤੁਸੀਂ ਇਹੋ ਜਿਹੇ ਰਾਸਤੇ 'ਤੇ ਜਾ ਰਹੇ ਹੋ ਜਿਹਦੇ ਨੇੜੇ ਤੇੜੇ ਮਾਰਕੀਟ ਨਾ ਹੋਵੇ, ਦੁਕਾਨ ਨਾ ਹੋਵੇ, ਤੁਹਾਡਾ ਮੋਟਰਸਾਈਕਲ ਬੰਦ ਹੋ ਜੇ, ਪਲੱਗ ਸ਼ਾਰਟ ਹੋ ਜੇ, ਤਾਂ ਤੁਹਾਨੂੰ ਮੈਂ ਇੱਕ ਟੈਕਨੀਕ ਦੱਸਣ ਲੱਗਿਆ। ਤੁਸੀਂ ਉਹ ਟੈਕਨੀਕ ਨਾਲ ਆਪਣਾ ਮੋਟਰਸਾਈਕਲ ਚਾਲੂ ਕਰ ਸਕਦੇ ਹੋ, ਤੁਹਾਨੂੰ ਮੋਟਰਸਾਈਕਲ ਰੋੜਨ ਦੀ ਲੋੜ ਨਹੀਂ ਪਊਗੀ, ਤਾਂ ਕਿ ਤੁਸੀਂ ਘਰ ਤੱਕ ਪਹੁੰਚ ਸਕੋ ਜਾਂ ਮਿਸਤਰੀ ਦੁਕਾਨ ਤੱਕ ਪਹੁੰਚ ਸਕੋ, ਤਾਂ ਕਿ ਤੁਸੀਂ ਆਪਣਾ ਮੋਟਰਸਾਈਕਲ ਦਾ ਪਲੱਗ ਪਵਾ ਸਕੋ। ਆ ਜਾਓ, ਤੁਹਾਨੂੰ ਦਿਖਾਵਾਂ ਮਿੱਤਰੋ, ਆਹ ਅਡਾਪਟਰ ਹੈ। ਆਹ ਅਡਾਪਟਰ ਨੂੰ ਤੁਸੀਂ ਐਂ ਲਾ ਲੈਣਾ, ਐਂ ਲਾ ਕੇ ਐਂ ਖੋਲ੍ਹ ਲੈਣਾ ਮੇਰਾ ਭਰਾ, ਇਹਨੂੰ ਤੁਸੀਂ ਇੰਨੀ ਦੂਰ, ਇੰਨੀ ਕੁ ਦੂਰ ਗੈਪ ਨਾਲ ਤਾਰ ਉਰੇ ਟਕਾ ਲੈਣੀ ਆ ਜਾਂ ਕਿਸੇ ਚੀਜ਼ ਨਾਲ ਬੰਨ੍ਹ ਲੈਣੀ ਆ, ਠੀਕ ਹੈ ਜੀ। ਉਸ ਤੋਂ ਬਾਅਦ ਕੀ ਕਰਨਾ, ਤੁਸੀਂ ਚਾਬੀ ਔਨ ਕਰਕੇ ਮਾਰਨੀ ਕਿੱਕ ਇੱਦਾਂ ਕਰਕੇ। ਹਾਂਜੀ, ਗੱਡੀ ਹੋ ਗਈ ਸਟਾਰਟ, ਇੰਨੀ ਦੂਰ ਭਾਵੇਂ ਥੋੜ੍ਹੀ ਹੋਰ ਦੂਰ ਕਰ ਲਓ, ਠੀਕ ਹੈ ਜੀ। ਆ ਦੇਖੋ, ਗੱਡੀ ਹੋ ਗਈ ਸਟਾਰਟ, ਜਿੰਨੀ ਮਰਜ਼ੀ ਲੈ ਕੇ, ਤੁਹਾਡਾ ਮੋਟਰਸਾਈਕਲ ਬੰਦ ਨਹੀਂ ਹੋਏਗਾ। ਆਹ ਟੈਕਨੀਕ ਨਾਲ ਕੀ ਆ, ਮੰਨ ਲਓ ਜੇ ਪਲੱਗ ਸ਼ਾਰਟ ਹੋ ਗਿਆ ਤਾਂ ਤਾਰ ਜਿੰਨੀ ਮੈਂ ਤੁਹਾਨੂੰ ਦਿਖਾਈ ਆ ਇੰਨੀ ਤਾਰ ਦੂਰ ਰੱਖ ਲਿਓ, ਤੁਹਾਡਾ ਮੋਟਰਸਾਈਕਲ ਬੰਦ ਨਹੀਂ ਹੋਏਗਾ, ਤੁਹਾਨੂੰ ਰੋੜਨ ਦੀ ਲੋੜ ਨਹੀਂ ਪਏਗੀ। ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਫੋਲੋ, ਵੀਡੀਓ ਨੂੰ ਕਰ ਦਿਓ ਸ਼ੇਅਰ, ਲਾਈਕ। ਧੰਨਵਾਦ।